ਅੱਛਾ ਇਹਦੇ 'ਚ ਮੈਨੂੰ ਕੋਈ ਆਪਣਾ ਕੋਈ ਬੇਵਾ ਮੁਰਗੀ ਚਾਹੀਦੀ ਬੇਵਾ शगिर्द भी है बच्चा भी है एक कॉमेडी चैनल है जी पापड़ करारे कॉमेडी चैनल पापड़ करारे कॉमेडी चैनल उसे प्राइंग करते ने और होर भी बड़े बड़े अच्छे वीडियो अपलोड करते ने ते उनु ज्यादा तो ज्यादा देखो लाइक करो शेयर करो और सबसक्राइब करो और थले लिंक भी चल रहा है। शानी जा पानी ले आया पानी दा ग्लास भाई ये देसी मुर्गी है हाँ जी देसी इधर की रेट है देसी जिंदा 450 गोश्त करके या जिंदा नहीं नहीं ये गोश्त वही नहीं नहीं क्या जिंदा ही नहीं ये मैं की बस लेके सड़क पे छोड़ देनी है गोश्त भी तो होना चाहिए था साडे लो अपना सदका दे दी उंदा ना यहां से तू ले लेना ले ले अच्छा ये देसी 450 की दस 450 जिंदा अच्छा ते ब्रॉयलर ब्रॉयलर 323 आज दा रेट है बेवा मुर्गी चाहिदी बेवा यार तुसी तां मजाक समझे बेवा मुर्गी हुंदी आ बेवा मुर्गी नहीं ओहदा मुर्गा मर गया होवे कड्डो तो सही एक अद्धी बाहर ते कड्डो के तेरी वाकफ ही नहीं यार कट दिने तू ये दस कि किन्ने किलो दी डेढ़ किलो दी जिन्ना भी बदना मैं तीन ही ले लांगा चारे ही ਵਿੱਚ ਖੋਡਾ ਵੀ ਦੇ ਦਿਓਗੇ ਖੋਡਾ ਭਾਈ ਕੰਮ ਤੂੰ ਕਿੱਥੇ ਤੋਤੇ ਲੈਣ ਆਇਆ ਵਾ ਨਾਲ ਵੀ ਤੈਨੂੰ ਖੋਡਾ ਵੀ ਦੇ ਦੂੰ ਰਹੀਆਂ ਨਹੀਂ ਉਹ ਮੈਂ ਰੱਖਣੀਆਂ ਵਾ ਨਾ ਮੈਂ ਵੀ ਆਸਟ੍ਰੇਲੀਅਨ ਤੋਤੇ ਲੈਣ ਆਇਆ ਤੈਨੂੰ ਨਾਲ ਪਿੰਜਰਾ ਵੀ ਦੇ ਦੂੰ ਬੇਵਾ ਕੋਈ ਨਹੀਂ ਯਾਰ ਬੇਵਾ ਕਿ ਹੁਣ ਖਾਵਾਂ ਦਾ ਥੀ ਮਾਰਨਾ ਉਹਦਾ ਮੁਰਗੀ ਦਾ ਮੈਂ ਚਲੋ ਇੱਕ ਦੋ ਬੱਚੇ ਹੁਣ ਜਿਹਦੇ ਉਹ ਦੇ ਦਿਓ ਇੱਕ ਦੋ ਬੱਚੇ ਹੁਣ ਜ਼ਿਆਦਾ ਨਹੀਂ ਬੇ ਲਾ ਦਾਂ ਤੂੰ महंगाई बड़ी है ना बच्चे दो ही अच्छे मैं कहना दो हो जान भाई मुर्गियां वा देसी बच्चे बुच्चे नहीं होंगे साढ़े को चूजे नहीं होंगे और जड़ी मुर्गी नहीं और ओ किन्ने दिन दी मैं जो भी इतों लंघा मैं इंजन कर दी और फ्रेंड तेरी हो कि जी तेन इंजन कर दी कडो तो सही एक अद्धी बाल बदलता वा दसो कि कडो है उंगली रख ना केड़ी है फड़ो ना
ए नहीं ओ यार है जड़ी है जड़ी यार हेलो कल मेरा भरा यार यार है वे है ऐसा ही है यार तू मुर्गी ले और तू रौला पाउन लग पईया तेनु देख के अगलियां तू खरे किस तरह मतलब मुर्गियां बेच रहे हैं भाजी फड़ो ते सही मुर्गी तानू हाथ नहीं लाउन देन दई यार मुर्गी साडियां मुर्गियां वाला हाथ क्यों नहीं लाउन चलो कड बाहर कोई चलो दसो केड़ी केड़ी कटा ओ कड्डो छे सत मुर्गियां चाहिदियां डांसर डांसर ओ मुर्गी वाला गाना नहीं जिहड़ा चलिया ओहदे ते नचदियां फिर यार तू अल फला थिएटर आ है चार दो होर कितो लिया दे किन्नियां चाहीदियां टोटल छे चाहीदियां ਚਾਰ ਹੀ ਹੈਗੀਆਂ ਮੈਂ ਭਾਈ ਮਾਲ ਵੇਖ ਗਿਆ ਵੀ ਇੱਥੇ ਮੈਂ ਗਾਣਾ ਲਾਉਂਦਾ ਮੈਨੂੰ ਨਚਾ ਕੇ ਵਿਖਾ ਮੈਂ ਗਲਤ ਨਾ ਲੈ ਜਾ ਹੈਲੋ ਨਚਾ ਕੇ ਵਿਖਾ ਮੈਂ ਤੈਨੂੰ ਕਿਹਾ ਡਾਂਸਰ ਮੁਰਗੀਆਂ ਚਾਹੀਦੀਆਂ ਦੇਸੀ ਮੁਰਗੀ ਹੁੰਦੀ ਬਰੈਲਰ ਹੁੰਦੀ ਆ ਤੇ ਡਾਂਸਰ ਮੁਰਗੀ ਨਹੀਂ ਹੁੰਦੀ ਯਾਰ ਤੂੰ ਸ਼ਾਹਨੂਰ ਸਟੂਡੀਓ ਆਇਆ ਹੈ ਯਾਰ ਮੈਂ ਅੱਛਾ ਮੈਂ ਤੈਨੂੰ ਵਿਆਹ ਤੋਂ ਬਾਅਦ ਵਾਪਸ ਕਰ ਜਾਵਾਂਗਾ ਅੱਧੇ ਰੇਟ ਤੇ ਭਾਵੇਂ ਲੈ ਲਈ ਯਾਰ ਅਸੀਂ ਕਿਉਂ ਵਾਪਸ ਲੈਣੀ ਆ ਤੂੰ ਪੈਸੇ ਦੇ ਆਪਣੇ ਤੇ ਹੁਣ ਮਾਲ ਲੈ ਆਪਣਾ ਮੈਂ ਤੁਹਾਨੂੰ ਕਰ ਦੇਣੀ ਆ ਨਹੀਂ ਇਹ ਕੋਈ ਲੱਤਾਂ ਲੁੱਤਾਂ ਠੀਕ ਹੈ ਨਾ ਇਹਦੀਆਂ ਉਹ ਸਟੈਪ ਸਟੂਪ ਸਹੀ ਕਰਦੀਆਂ ਯਾਰ ਕਿਹੋ ਜਿਹੇ ਆਦਮੀ ਆ ਕਾਹਦਾ ਸਟੈਪ ਕਰਾਉਣਾ ਵਾ ਤੂੰ ਬੇਜ਼ਬਾਨਾਂ ਕੋਲ ਯਾਰ ਰੌਣਕ ਲੱਗੇਗੀ ਉੱਥੇ ਹੁਣ ਨਹੀਂ ਹਿੰਮਤ ਹੈਗੀ ਉੱਥੇ ਤੂੰ ਖੁਸਰੇ ਨਿਚਾਲਵਾਂ ਜਾਂ ਕੁਝ ਘਰ ਪਰੌਣੇ ਨਹੀਂ ਆਉਣੇ ਤੁਹਾਡੇ ਕੋਲ ਆਉਣੇ ਆ ਤੇ ਲਵਾ ਲਈ ਰੌਣਕ ਇਹਨਾਂ ਨੇ ਲਾਉਣੀ ਰੌਣਕ ਪਰੌਣੇ ਨਾਲ ਵੀ ਚਲੋ ਫਿਰ ਉਧਰ ਬਰੈਲਰ ਵਹਾ ਦਿਓ ਕੋਈ ਹੈਗਾ ਤੁਹਾਡੇ ਭਾਈ ਬਰੈਲਰ ਖਤਮ ਹੋ ਗਿਆ ਵਾ ਦੇਸੀ ਆ ਤੂੰ ਬੋਲਾਂ ਪੀ ਕੇ ਆ ਤੂੰ ਉਹ ਪਿਆ ਤੇ ਹੈਗਾ ਉਹ ਵੇਖੋ ਹੈ ਉਹ ਪਿਆ ਗਜਨੀ ਆ ਤੂੰ ਤੇਰੀ ਵਾਰੀ ਪਿਆ ਵੀ ਆ ਹੀ ਆ ਮਾਲ ਬਰੈਲਰ ਖਤਮ ਹੋ ਗਿਆ ਵਾ 450 ਰੁਪਏ ਜ਼ਿੰਦਾ ਵਾ ਜ਼ਿੰਦਾ ਹਾਂਜੀ ਤੇ ਮੁਰਦਾ ਕਿਨੇ ਦੀ ਯਾਰ ਮੁਰਦਾ ਸਦਕੇ ਵਾਲੇ ਉੱਥੇ ਰੂੜੀਆਂ ਫੋਲ ਲਾ ਜਾ ਕੇ ਉਹ ਕਹਿੰਦੇ ਨਹੀਂ ਜ਼ਿੰਦਾ ਔਰ ਮੁਰਦਾ ਦੋਨੋਂ ਮਤਲਬ ਰੇਟ ਇਹ ਇਸ਼ਤਿਹਾਰੀ ਮਿਲ ਜਾਣਾ ਵੀ ਜ਼ਿੰਦਾ ਮੁਰਦਾ ਤੈਨੂੰ ਚਾਹੀਦਾ ਚਲੋ ਭਾਜੀ ਥਾਣੇਦਾਰ ਕੋ ਤੁਸੀਂ ਲੈ ਆਓ ਫਿਰ ਇਹ ਮੁਰਗੀ ਲੈ ਆਓ ਇਹ ਤੋਲੋ ਤਾਂ ਸਹੀ ਕਿੰਨੀ ਹੁੰਦੀ ਹੈ ਆ ਜਾਓ ਇਹਨਾਂ ਨੂੰ ਪਾਉਂਦੇ ਕੀ ਉਹ ਦਾਣਾ ਛਾਣਾ ਕੀ ਪਾਉਂਦੇ ਆ ਪਾਉਂਦੇ ਪੀਜ਼ਾ ਖਵਾਉਂਦੇ ਇਹਨਾਂ ਨੂੰ ਸਵਾਰਨਾ ਜਿਹੜੀਆਂ ਚੀਜ਼ਾਂ ਆਪ ਨਹੀਂ ਖਾਧੀਆਂ ਇਹਨੂੰ ਖਵਾਈ ਜਾਣਾ ਨਹੀਂ ਦਾਣਾ ਕਿਹੜਾ ਪਾਈਦਾ ਇਹਨਾਂ ਨੂੰ ਦਾਣਾ ਜਿਹੜਾ ਤੂੰ ਨਹੀਂ ਪਾਉਂਦਾ ਲੋਕਾਂ ਨੂੰ ਲੜਾਈ ਕਰਾਉਣ ਵਾਲਾ ਜਿਹੜਾ ਤੂੰ ਮਹੱਲੇ 'ਚ ਮਸ਼ਹੂਰ ਆ ਵੀ ਇਹ ਦਾਣਾ ਬਹੁਤ ਅੱਛਾ ਪਾਉਂਦਾ ਉਹ ਪਾਉਂਦੇ ਅਗਰ ਲੁੱਡੋ ਵਾਲਾ ਦਾਣਾ ਪਾ ਦਈਏ ਖਾ ਲੈਣਗੇ ਤੂੰ ਖਾ ਲਾ ਤੇ ਮਰ ਜਾਗੇ ਤੇ ਸਾਰ ਹੋ ਕੇ ਆਪਣਾ ਆਹ ਉੱਧਰ ਤੇ ਦੇਖੋ ਜਰਾ ਆਓ ਤੋਲੋ ਉੱਥੇ ਸ਼ਾਨੀ ਤੈਨੂੰ ਕਿਹਾ ਸੀ ਪਾਣੀ ਪਿਆ ਯਾਰ ਜਾ ਪਾਣੀ ਲਿਆ ਕਿੰਨੀ ਆ ਕਿੰਨੀ 1 ਕਿਲੋ 700 ਗ੍ਰਾਮ 1 ਕਿਲੋ 700 ਗ੍ਰਾਮ ਹਾਂ ਨਹੀਂ ਮੈਨੂੰ ਕਿਲੋ ਚਾਹੀਦੀ ਵਿੱਚੋਂ ਥੋੜੀ ਜੀ ਲਾ ਲਾ ਉਹ ਕਿਲੋ ਅੱਧੀ ਵੱਢਦਾ ਮੁਰਗੀ ਪਾਗਲ ਆ ਤੂੰ ਨਹੀਂ ਤੂੰ ਮੈਨੂੰ ਜ਼ਿੰਦਾ ਦੇ ਨਾ ਵਿੱਚੋਂ ਘੱਟ ਕਰ ਦੇ ਕਿਲੋ ਕਰ ਦੇ ਯਾਰ ਇਹ ਤੈਨੂੰ ਅੱਗੇ ਦੱਸਿਆ ਵਾ ਵੀ ਇਹ ਮੁਰਗੀ ਜਿਹੜੀ ਆ ਜ਼ਿੰਦਾ ਜਿੰਨੀ ਹੋਈ ਉਨੀ ਦੇਣੀ ਆ ਕਿੰਨੀ ਹੋ ਗਈ ਹੁਣ ਇਹ ਕਿੰਨੀ 1 ਕਿਲੋ 700 ਗ੍ਰਾਮ ਤੇ ਚੋਕ ਉਹ ਵੀ ਵਿੱਚ ਤੋਲੀ ਜਾਂਦਾ ਮੈਂ ਵੀ ਵੱਡੀ ਛੇਤਾ ਆ ਹੁਣ ਦੇਖੋ ਜੀ 1 ਕਿਲੋ 700 ਗ੍ਰਾਮ 700 ਗ੍ਰਾਮ ਹਾਂ ਚਲੋ ਕੱਢੋ ਬਾਹਰ ਇਹਨੂੰ ਇਹ 750 ਦੀ ਹੋ ਗਈ ਭਾਈ 750 ਦੀ ਹਾਂ ਤੈਨੂੰ ਵਿੱਚ ਪਾ ਕੇ 750 ਦੀ ਉੱਤੇ 450 ਦੀ ਕਹਿ ਰਹੇ ਆ ਯਾਰ ਬੜਾ ਵੱਡਾ ਬਿਜ਼ਨਸਮੈਨ ਆਇਆ ਵੀ ਦੁਕਾਨ ਵੀ ਖਰੀਦ ਲੈ ਸਾਡੀ 750 ਇਹ ਫਿਰ ਚਾਰ ਉਹ ਵੀ ਨਾਲ ਕਿੰਨੇ ਦੀਆਂ ਹੋ ਗਈਆਂ ਚਾਰ ਉਹ ਵੀ ਯਾਰ ਦੁਕਾਨਦਾਰੀ ਛੱਡਦੀ ਹੈ ਤੇਰਾ ਹਿਸਾਬ ਲਾ ਲਈਏ ਵੀ ਪਹਿਲਾਂ ਵੀ ਤੂੰ ਐਡਾ ਥੋਕ ਦਾ ਗਾਹਕ ਆਇਆ ਯਾਰ ਗਰਮੀ ਬੜੀ ਹੈ ਨਾ ਤੁਸੀਂ ਪਾਣੀ ਪਿਆਇਆ ਹੁੰਦਾ ਮੁਰਗੀ ਭਾਰੀ ਕਰ ਲੈਂਦੇ ਹੋ ਪਾਣੀ ਮਸਲੇ ਨੇ ਇਹਨੇ ਕਿੰਨਾ ਕੁ ਪਾਣੀ ਪੀ ਲਿਆ ਵੈਨੀ ਜਿਹੜਾ ਅਸੀਂ ਭਾਰੀ ਕਰ ਦੇਣਾ ਇੱਟਾਂ ਬੰਨੀਆਂ ਇਹਦੇ ਨਾਲ ਅਸੀਂ ਆ ਪਾਣੀ ਤੁਸੀਂ ਪੀਣਾ ਪਾਣੀ ਪੀਣਾ ਤੁਸੀਂ ਆ ਪੀ ਲਓ ਪੀਣ ਲਈ ਮੰਗਾਇਆ ਵਾ ਛੱਡ ਦੇ ਪਹਿਲੇ ਉਹਨੂੰ ਪਿਆ ਉਹ ਬੇਜ਼ਬਾਨ ਨੂੰ ਪਿਆ ਪਹਿਲੇ ਉਹਨੂੰ ਤਾਂ ਪਿਆ ਜਿਹਨੂੰ ਛੁਰੀ ਫੇਰਨੀ ਉਹਨੂੰ ਪਿਆਈਦਾ ਇਹ ਪਹਿਲੇ ਪਾਣੀ ਪਿਆ ਕੇ ਫਿਰ ਛੁਰੀ ਫੇਰੀਦੀ ਆ
यार फेर लांगे तू अपना ना दस भी चार मुर्गियां लैनियां या तीन लैनियां चार ही ओनू प्या यार तेरी मेहरबानी जानवरों ने इंज नहीं करीदा ओ यार तू मुर्गी लैन आया वा या इत्थे कोई कॉमेडी करन आया समझ ता चलो पी लो तुसी फिर तेरा झूठा नहीं उन्हें पीना तू प्या ओनू पहले थोड़ा जिहा प्या दे मेरे सामने यार मैं लैनी है ओ यार मुर्गी फुटबॉल खेड के आई मुर्गी है या सात ओवरां करा के आई लगातार तू ओनू प्या जानवर आ या 50 रन बना के आई है की ओनू मसलन चिड़ी छिक्का खेल के आई है तू काली पी रिया तू इटा दी ट्राली ला के आया या की होया तेरा झगड़ा हो गया किसी ने ਉਹ ਭਾਅ ਜੀ ਵੀ ਤਾਂ ਕੰਮ ਕਰਨ ਹੀ ਦਿਆ ਪਾਣੀ ਤੋਂ ਬਗੈਰ ਯਾਰ ਭਾਈ ਕੰਮ ਦੇ ਦੌਰਾਨ ਪਿਆਸ ਲੱਗ ਹੀ ਜਾਂਦੀ ਆ ਤੇਰੇ ਗਰਮੀ ਬੜੀ ਆ ਸਵੇਰ ਦੀਆਂ ਤੂੰ ਡੱਕੀਆਂ ਉੱਥੇ ਉਹ ਭਾਈ ਕੁੰਡੀ ਪਈ ਆ ਪਿੰਜਰੇ ਦੇ ਵਿੱਚ ਉੱਥੇ ਪਾਣੀ ਰੱਖਿਆ ਤੇ ਰੋਜ਼ ਸਵੇਰ ਦੀਆਂ ਪੀਣ ਦੀਆਂ ਤੈਨੂੰ ਕਾਹਦਾ ਐਡਾ ਤਰਸ ਪਾਉਣ ਡਿਆ ਮੈਂ ਉਹਨਾਂ ਤੇ ਤੂੰ ਤੇ ਇੰਜ ਡੱਕੀਆਂ ਵਿੱਚ ਜਿੱਦਾਂ ਉਹਨਾਂ ਨੇ ਬੜੇ ਕਤਲ ਕਰਦੇ ਕੋ ਲੜਾਈ ਝਗੜਾ ਕੀਤਾ ਉਹਨਾਂ ਨੂੰ ਛੱਡ ਤੇ ਸਹੀ ਫਿਰਨ ਤੁਰਨ ਬਹੁਤ ਅੱਛਾ ਯਾਨੀ ਕਿ ਮਾਲ ਅਸੀਂ ਛੱਡ ਦਈਏ ਕੋਈ ਐ ਨਹੀਂ ਚੱਲ ਜੇ ਕੋਈ ਐ ਨਹੀਂ ਚੱਲ ਜੇ ਤੇ ਤੂੰ ਮਗਰ ਮਗਰ ਰਹੀ ਉਹਨਾਂ ਦੇ ਅੱਛਾ ਯਾਰ ਚਲੋ ਪੀ ਲਓ ਕੋਈ ਇਹਨੂੰ ਤੁਸੀਂ ਛੁਰੀ ਫੇਰੋ ਬਲਾਲ ਆ ਭਈਆ ਕਰੋ ਕਰੋ ਜੀ ਕਰੋ ਇੱਧਰ ਆਓ ਇਹ ਤੁਹਾਨੂੰ ਤਕਬੀਰ ਨਹੀਂ ਆਉਂਦੀ ਯਾਰ ਛੋਟੇ ਭਰਾ ਵਾ ਮੈਂ ਸਿਰਫ ਇੰਨਾ ਹੀ ਕੰਮ ਕਰਨਾ ਹੁੰਦਾ ਵਾ ਕੀ ਪਿੰਜਰੇ ਚੋਂ ਕੱਢ ਕੇ ਦੇ ਦੇਣੀ ਭਾਜੀ ਇਹ ਇਮਰਾਨ ਭਾਈ ਨੇ ਬਲਾਲ ਭਾਈ ਆ ਇਹ ਕੰਮ ਇਹ ਪ੍ਰੈਕਟੀਕਲ ਕਰਦੇ ਆ ਮੈਂ ਸਿਰਫ ਸ਼ੈੱਡ ਤੇ ਜਾਣਾ ਵਾ ਮਾਲ ਲਿਆਣਾ ਵਾ ਤੇ ਮੈਂ ਲੁੱਕ ਆਫਟਰ ਕਰਦਾ ਸਿਰਫ ਮਾਸ਼ਾਅੱਲਾ ਆਪਣੀ ਵੀ ਲੁੱਕ ਆਫਟਰ ਕਰ ਬਿਲਕੁਲ ਲੋਕੀ ਬਣਦਾ ਜਾ ਰਿਹਾ ਗੁੱਡ ਲੁੱਕ ਹੋ ਗਿਆ ਤੇਰਾ ਮੂੰਹ ਗਰਮੀ ਹੈਗੀ ਲੱਗਦਾ ਤੂੰ ਮੁਰਗੀਆਂ ਵਾਲੇ ਪਿੰਜਰੇ 'ਚ ਹੀ ਆਉਂਦਾ ਉੱਥੋਂ ਉਹਨਾਂ ਨੇ ਕੱਢ ਦਿੱਤੀ ਬਾਹਰ ਬਲੈਡ ਨਿਕਲ ਗਿਆ ਉਹਦਾ ਯਾਰ ਤੇਰਾ ਕੋਈ ਭੰਡਾ ਨਾ ਕੋਈ ਤੱਲਕ ਹੋਵੇ ਯਾਰ ਕਾਮੇਡੀ ਵਾਲਿਆਂ ਨੇ ਤੱਲਕ ਆ ਤੇਰਾ ਕੌਣ ਕੀ ਆ ਤੂੰ ਚਮੋਟਾ ਮਾਰਤਾ ਤੇਰੇ ਵੀਰੇ ਕੀ ਹੋਇਆ ਕੋਈ ਸਮਾਨ ਦੇ ਸੌਦਾ ਨਹੀਂ ਨਹੀਂ ਤੂੰ ਆ ਗਾਹਕ ਆਂਦੇ ਆ ਐਡੇ ਡੀਸੈਂਟ ਅਗਲੇ ਆ ਕਹਿੰਦੇ ਜੀ ਬਾਈ ਇਹ 1 ਕਿਲੋ ਕਰ ਦੋ 2 ਕਿਲੋ ਕਰ ਦੋ ਚੁੱਪ ਕਰਕੇ ਉਦੋਂ ਦਾ ਭੌਂਕਣ ਡਿਆ ਤੂੰ ਜਦੋਂ ਦਾ ਆ ਨਹੀਂ ਮਾਲ ਵੇਖ ਸੋਚ ਕੇ ਲੈਣਾ ਚਾਹੀਦਾ ਤੂੰ ਕਿ ਬਰੈਲਰ ਮੋ ਗਿਆ ਯਾਰ ਮਾਲ ਵੇ ਤੂੰ ਮੇਰਾ ਸਿਰ ਜ਼ੇਵਰ ਬਣਵਾਉਣਾ ਆ ਐਡਾ ਸੋਚ ਸਮਝ ਕੇ ਲੈ ਲਿਆ ਦੇਸੀ ਮੁਰਗੀ ਆ ਤੈਨੂੰ ਦੱਸਿਆ ਰੇਟ ਲੈ ਕੇ ਆਪਣਾ ਗਾਂ ਜਾ ਇਹ ਦੇਸੀ ਕੀ ਆ ਬਰੈਲਰ ਆ ਜੀ ਉਹ ਭਾਈ ਇਹ ਦੇਸੀ ਆ ਸਾਰਾ ਤੈਨੂੰ ਇਹ ਵੀ ਦੇਸੀ ਆ ਤੇਰੇ ਸਿਰ 'ਚ ਸੱਟ ਲੱਗੀ ਆ ਤੈਨੂੰ ਕਿੰਨੀ ਵਾਰੀ ਕਿਹਾ ਵੀ ਬਰੈਲਰ ਮੁੱਕਿਆ ਵਾ ਇਹ ਸਾਰਾ ਦੇਸੀ ਪਿਆ ਤੁਹਾਡਾ ਕੀ ਨਾਂ ਜੀ ਗੋਗਾ ਜੀ ਮੇਰਾ ਅੱਛਾ ਗੋਗੇ ਭਾਈ ਇਹ ਮਾਲ ਕਿੱਥੋਂ ਆਉਂਦਾ ਤੁਹਾਡਾ ਸਾਰਾ ਜਿਹੜਾ ਮੁਰਗੀ ਬਰੈਲਰ ਯਾਰ ਪਾਕਿਸਤਾਨ 'ਚ ਆਉਂਦਾ ਅਫਗਾਨਿਸਤਾਨ 'ਚ ਮੰਗਾਉਂਦੇ ਮੁਰਗੀ ਉਹ ਨਹੀਂ ਨਹੀਂ ਮਤਲਬ ਭਾਈ ਫੇਰੂ ਆ ਪੱਤੂ ਕੀ ਤੋਂ ਕਿੱਧਰੋਂ ਆਉਂਦਾ ਹਾਂਜੀ ਛਾਂਗੇ ਮੰਗੇ ਤਾਂ ਦਰਖਤਾਂ ਨਾਲ ਲੱਗੇ ਕੁੱਕੜ ਉੱਥੇ ਉਹ ਭਾਈ ਸ਼ੈੱਡ ਸਾਰੇ ਉੱਥੇ ਹੀ ਆ ਛਾਂਗਾ ਮੰਗਾ ਹੀ ਅੱਛਾ ਅੱਛਾ ਦੇਖੋ ਬਰੈਲਰ ਬਹੁਤ ਮਹਿੰਗਾ ਹੋ ਗਿਆ ਸਾਰੇ ਤੁਹਾਨੂੰ ਵੀ ਉਸ ਭਾਅ ਮਿਲਦਾ ਤੁਸੀਂ ਵੀ ਅੱਗੇ ਉਹ ਹੀ ਦੇਣਾ ਲੇਕਿਨ ਗਰੀਬ ਆਦਮੀ ਕੋਲ ਇੱਕ ਬਰੈਲਰ ਹੀ ਰਹਿ ਗਿਆ ਸੀ ਇਹ ਵੀ ਉਹਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਜਿਹੜਾ ਮੁਰਗੀਆਂ ਜਿਹੜੀਆਂ ਗੱਡੀ 'ਚ ਆਉਂਦੀਆਂ ਉੱਥੇ ਉਹ ਇੰਝ ਆ ਰਹੀਆਂ ਜਿਵੇਂ ਕੈਦੀ ਗੱਡੀਆਂ ਨਹੀਂ ਹੁੰਦੀਆਂ ਮੁਰਗੀਆਂ ਨੇ ਮੂੰਹ ਬਾਹਰ ਕੱਢੇ ਹੁੰਦੇ ਤੇਰੇ ਵਾਂਗੂ ਤੇ ਰਸਤੇ 'ਚ ਖਿਲਾਰ ਕੇ ਇਹਨਾਂ ਨੂੰ ਕੋਈ ਚੀਜ਼ ਖਵਾਉਂਦੇ ਕਿਤੇ ਹਾਂ ਬਿਲਕੁਲ ਖਵਾਉਂਦੇ ਆ ਰੈਸਟੋਰੈਂਟ ਤੇ ਰੋਕ ਕੇ ਨਾ ਉਹਨਾਂ ਨੂੰ ਖਾਣਾ ਖਵਾਈਦਾ ਵਾ ਤੇਲ ਪੱਤੀ ਦੀ ਚਾਹ ਪਿਆਈਦੀ ਆ ਉਹਨਾਂ ਨੂੰ ਫਿਰ ਇੱਥੇ ਆ ਕੇ ਲੱਤਾਂ ਵੀ ਕੁੱਟੀ ਦੀਆਂ ਯਾਰ ਤੂੰ ਕਿਹੜੀਆਂ ਗੱਲਾਂ ਕਰਦਾ ਨਹੀਂ ਤੇ ਭੁੱਖੀਆਂ ਹੀ ਲਈ ਆਉਂਦੇ ਉੱਥੋਂ ਆਪ ਤੂੰ 3 ਵਾਰੀ ਰਾਜ ਇੱਕ ਚੀਜ਼ਾਂ ਖਾ ਲੈਣਾ ਉਹ ਯਾਰ ਭੁੱਖੀਆਂ ਨਹੀਂ ਹੁੰਦੀਆਂ ਸ਼ੈੱਡ ਤੋਂ ਜਿਹੜੇ ਆ ਨਾ ਉਹ ਦਾਣਾ ਪਾਣੀ ਖਾ ਕੇ ਆਉਂਦੀਆਂ ਮੁਰਗੀਆਂ ਨਹੀਂ ਤਾਂ ਜਿੱਥੇ ਕਿਸੇ ਦਾ ਦਾਣਾ ਪਾਣੀ ਹੋਵੇ ਹੁਣ ਇਹਨਾਂ ਦਾ ਜਿੱਥੇ ਗਾਣਾ ਪਾਣੀ ਹੋਏਗਾ ਇਹਨਾਂ ਨੇ ਜਾਣਾ ਹੀ ਜਾਣਾ ਕਿਹੜਾ ਗਾਣਾ ਪਾਣੀ ਹੁੰਦਾ ਯਾਰ ਦਾਣਾ ਪਾਣੀ ਹੁੰਦਾ ਅੱਛਾ ਤੇ ਉਹ ਮੁਰਗੀ ਤੇ ਮੇਰੀ ਕਿੱਥੇ ਆ ਉਹ ਤੇ ਦਿਓ ਯਾਰ ਉਹ ਹੋਈ ਪਈ ਆ ਤੈਨੂੰ ਦੇ ਦਿੰਦੇ ਆ ਕਰਕੇ ਅੱਛਾ ਉਹ ਆਪਣੇ ਹੈਗੇ ਆਪਣਾ ਇਹ ਮੁਰਗੀਆਂ ਦੇਸੀਆਂ ਦੇ ਪੰਜੇ ਹੁੰਦੇ ਪੰਜੇ ਹਾਂ ਪੰਜੇ ਵੀ ਹੈਗੇ ਪੁੱਛਣਾ ਇਮਰਾਨ ਭਾਈ ਨੂੰ ਪਿਆ ਉਹ ਮੈਨੂੰ ਇਸ ਤਰ੍ਹਾਂ ਕਰ 3 ਦਰਜਨਾ ਗੋਸ਼ਤ ਦੇ ਦੇ ਹੈ 3 ਦਰਜਨਾ ਗੋਸ਼ਤ ਦੇ ਯਾਰ ਤੂੰ ਪਾਗਲ ਆ ਕਿਹੜਾ ਦਰਜਨਾ ਨਾਲ ਗੋਸ਼ਤ ਮਿਲਦਾ ਜਰਾਬਾਂ ਲੈਣਾ ਆ ਘਰੋਂ ਜਾਂ ਬਨੈਨਾ ਲੈਣਾ ਆ ਓਏ ਪੰਜੇ ਨਹੀਂ ਹੁੰਦੇ ਮੁਰਗੀਆਂ ਦੇ ਅੰਡੇ ਹੁੰਦੇ ਆ ਦਰਜਨਾਂ ਦੇ ਵਿੱਚ ਤੇ ਕਿਹੜਾ ਵਾ ਗੋਸ਼ਤ ਜਿਹੜਾ ਦਰਜਨਾਂ 'ਚ ਆਉਂਦਾ ਪੰਜੇ 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 ਕੀ ਕਰਨੇ ਜੱਸੂ ਪੰਜੂ ਖੇਲਣਾ ਹੀ ਉਹਨਾਂ ਨਾਲ ਹੈ ਮੁਰਗੀਆਂ ਦੇ ਫੁੱਟ ਨਹੀਂ ਹੁੰਦੇ ਫੁੱਟ ਫੁੱਟ ਹੀ ਕਹਿੰਦੇ ਪੈਰਾਂ ਨੂੰ ਤੇਰੇ ਫੁੱਟ ਤੇਰੇ ਦੁਰ ਫੁੱਟ ਉਹ ਮੈਨੂੰ 3 ਦਰਜਨਾਂ ਫੁੱਟ ਦੇ ਦੇ ਗਾਨ ਪਾਈਆ ਦਿਓ ਕੱਢ ਕੇ ਇਹਨਾਂ ਨੂੰ ਪੰਜੇ ਵੀ ਮੁਰਗੀਆਂ ਹਾਂਜੀ 3 ਦਰਜਨਾਂ ਦੇ ਦਿਓ ਚਲੋ 2.5 ਦੇ ਦਿਓ ਕੋਈ ਗੱਲ ਨਹੀਂ ਦੋ ਮੈਂ ਇਹਦੇ ਲਾ ਲਾਂਗਾ ਇਹਦੇ ਵੀ ਮੁਰਗੀਆਂ ਵਰਗੀ ਆ ਵੇਖ ਲਓ ਭਾਵੇਂ ਅੱਛਾ ਜਿਹੜੀ ਮੈਂ ਮੁਰਗੀ ਤੇਰੇ ਕੋਲ ਹਲਾਲ ਕਰਾਈ ਹੈ ਨਾ ਇਹਦੀ ਮੈਨੂੰ ਓਜਰੀ ਵੀ ਚਾਹੀਦੀ ਆ
ਉਹ ਪੋਟਾ ਹੁੰਦਾ ਵਾ ਮੈਂ ਤੈਨੂੰ ਕਿਹੜੀ ਮੁਰਗੀ ਚ ਓਜਰੀ ਕੱਢਦਾ ਪਾਗਲ ਹੈ ਤੂੰ ਓਜਰੀ ਕਹਿੰਦੇ ਉਹਨੂੰ ਓਜਰੀ ਨਹੀਂ ਪੋਟਾ ਹੁੰਦਾ ਵਾ ਓਜਰੀ ਗਾਂ ਦੀ ਹੁੰਦੀ ਆ ਮੱਝ ਦੀ ਪੋਟਾ ਹੁੰਦਾ ਆ ਜਿਹੜਾ ਕਹਿੰਦੇ ਨਹੀਂ ਆ ਯਾਰ ਇਹ ਤਾਂ ਮੇਰੇ ਪੋਟੇ ਤੇ ਸੱਟ ਲੱਗ ਗਈ ਇਹ ਪੋਟਾ ਅੱਛਾ ਇਹਦੇ ਚ ਹਲਕਾ ਜਿਹਾ ਚੀਰਾ ਦੇ ਦੇ ਉੱਤੇ ਜ਼ਿਪ ਲਾ ਦੇ ਦੇ ਚੱਲ ਖੋਲ ਦਾਂਗੇ ਜਦੋਂ ਤੈਨੂੰ ਚਾਹੀਦਾ ਹੋਊਗਾ ਨਾ ਅੱਛਾ ਭਾਜੀ ਉਹ ਪੰਜੇ ਕੱਢ ਕੇ ਨਾ ਮਹਿਮਾਨ ਕਾਫੀ ਆਏ ਮੇਰੇ ਦੋਸਤ ਤੇ ਉਹਨਾਂ ਨੂੰ ਬੋਨਲੈਸ ਕਰ ਦੇਣਾ ਸਾਰੇ ਕਰ ਦੇਣਾ ਬੋਨਲੈਸ ਯਾਰ ਤੂੰ ਮੇਰੇ ਕੋਲ ਚੰਡ ਖਾਣੀ ਆ ਤੇ ਤੂੰ ਸੈਂਸਲੈਸ ਹੋ ਜਾਣਾ ਉਮੀਦਾਂ ਨਾ ਬੋਨਲੈਸ ਉਹਨਾਂ ਨੂੰ ਯਾਰ ਉਹਨਾਂ ਦੇ ਅੱਗੇ ਪੰਜਿਆਂ ਦੇ ਉੱਤੇ ਗੋਸ਼ਤ ਹੁੰਦਾ ਕਿਹੜਾ ਤੈਨੂੰ ਮੈਂ ਜਿਹੜਾ ਬੋਨਲੈਸ ਕਰ ਦਵਾਂ ਚਿਕਨ ਦਾ ਬੋਨਲੈਸ ਹੁੰਦਾ ਪਾਗਲ ਆ ਤੂੰ ਅੱਛਾ ਪਿਛਲੀ ਵਾਰੀ ਮੈਂ ਤੇਰੇ ਕੋਲ ਲੈ ਕੇ ਗਿਆ ਉਹਨਾਂ ਨੇ ਨਾਖੂਨ ਵਧੇ ਸੀਗੇ ਨੀਲ ਕਟਰ ਨਹੀਂ ਤਾਂ ਮੈਂ ਅਰਜੀ ਵਾਲੀ ਤੇਰੇ ਨਾਲ ਮੈਂ ਘਰ ਜਾ ਕੇ ਰੱਖੇ ਉਹ ਬੱਚੇ ਉੱਤੇ ਨੋ ਪਾਲਿਸ਼ ਲਾਉਣ ਲੱਗ ਪਿਆ ਉਹਨਾਂ ਦੇ ਯਾਰ ਸਾਡੇ ਵੱਲੋਂ ਉਹਨਾਂ ਦੇ ਪਟਾਕੇ ਕੱਢ ਕੇ ਸੌਣੀ ਭਾਵੇਂ ਪਿੰਡੇ ਤੇ ਖੁਰਕ ਕੇ ਸੌਣੀ ਸਮਝਦਾ ਨਾ ਆਪਣੇ ਤੇ ਲਾਂਤ ਪਾ ਕੇ ਸੌਣੀ ਸਾਨੂੰ ਕੋਈ ਨਹੀਂ ਨਹੀਂ ਉਹ ਪੱਕਾ ਹੀ ਅੰਜ ਲਾਂਤ ਪਾ ਰਹੇ ਹੁੰਦੇ ਨੇ ਉਹ ਕਿੱਥੇ ਆ ਮੈਨੂੰ ਦਿਓ ਮੁਰਗੀ ਮੇਰੀ ਹੋ ਗਈ ਆ ਯਾਰ ਤੇਰੇ ਢਾਈ ਦਰਜੇ ਦਾ ਪੰਜੇ ਵੀ ਤਿਆਰ ਆ ਮੁੰਡਾ ਕਰ ਰਿਹਾ ਹੋਰ ਦੱਸ ਕੀ ਚਾਹੀਦਾ ਤੈਨੂੰ ਮੁਰਗੀ ਤੇ ਲੈ ਆਓ ਤੇ ਠੰਡੀ ਹੋ ਜਾਏਗੀ ਵਿਚਾਰੀ ਕਦੋਂ ਦੀ ਸੁੱਟੀ ਤੁਸੀਂ ਮਰ ਜਾਏਗੀ ਇਦਾਂ ਯਾਰੋ ਉਹ ਹਲਾਲ ਹੋਇਆ ਮਰਨਾ ਹੀ ਆ ਉਹਨੇ ਮਸਲਨ ਕਿਹੜਾ ਹਾਂ ਤੇ ਕੱਢ ਕੇ ਤੇ ਲਿਆ ਠੰਡੀ ਹੋ ਗਈ ਫਿਰ ਬਣਨੀ ਨਹੀਂ ਸਹੀ ਫ੍ਰਿਜ ਦੇ ਉਤਲੇ ਖਾਨੇ 'ਚ ਰੱਖਤੀ ਆ ਉਹ ਪਈ ਆ ਮੈਂ ਲੈ ਆਉਣਾ ਹੁਣ ਲਿਆ 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 ਜਲਦੀ ਵੈਸੇ ਬੰਦਾ ਆਈਟਮ ਹੀ ਰੱਖਿਆ ਤੁਸੀਂ ਮਜਬੂਰੀ ਲਿਆਓ ਜੀ ਹੈਲੋ ਉਹ ਭਾਈ ਹੈਲੋ ਉਹ ਵੀਰੇ ਇਹਨਾਂ ਦਾ ਟਾਈਮ ਹੀ ਨਹੀਂ ਲੱਗਦਾ ਜਿੰਨਾ ਤੂੰ ਲਾਈ ਜਾਂਦਾ ਹੱਥੇ ਨਾ ਮਰਵਾ ਲਈ ਹੈਲੋ ਇੱਧਰ ਤੇ ਲਿਆਓ ਭਾਜੀ ਤੁਸੀਂ ਕਰੋ ਇਹਨੂੰ ਨਹੀਂ ਬਣਾਉਣੀ ਆਉਂਦੀ ਇਹਨੇ ਸਾਰੀ ਮੁਰਗੀ ਖਰਾਬ ਕਰ ਦੇਣੀ ਆ ਮੁਰਗੀ ਦੇ ਖੰਭ ਲਾਈ ਜਾਂਦਾ ਮੈਲ ਨਾ ਲਾਈ ਆਪਣੇ ਮੂੰਹ ਦੀ ਹਾਂ ਤੇ ਹੁਣ ਅਗਲੀ ਤੇ ਫਿਰ ਨਾ ਲਏਗਾ ਬੜੀ ਗੱਲ ਆ ਬੜੀ ਛੇਤੀ ਨਾ ਲੈਂਦਾ ਬੜਾ ਮੇਰਾ ਖਿਆਲ ਲੈਂਦਾ ਇਹ ਵੀ ਦੇਸੀ ਸਾਰਾ ਹਾਂ ਸਾਰਾ ਦੇਸੀ ਚਲੋ ਠੀਕ ਹੈ ਜੀ ਹਾਂ ਤੋਂ ਇਹਦੇ ਮੇਲੇ ਵਿੱਚ ਵਾਰਾ ਜੀ ਬੜੀ ਚਲੋ ਪੈਸੇ ਟਗਾ ਤੁਹਾਡੇ ਆਸਤੇ ਇਹਨੂੰ ਅੱਡੇ ਤੇ ਲਿਆਓ ਅੱਡੇ ਤੇ ਮੈਂ ਅੱਡੇ ਤੇ ਲਾਰੀ ਅੱਡੇ ਲੈ ਕੇ ਆਉਣਾ ਭਲਾ ਆ ਜਾ ਸਾਈਂ ਦਿਖਾ ਸਾਡੀ ਦੇਸੀ ਹੋ ਰਹੀ ਹੈ ਯਾਰ ਤੇਰੀ ਕਿਹੜੇ ਕਦੇ ਅੱਗੇ ਇੱਜ਼ਤ ਹੋਈ ਆ ਖਲੋ ਯਾਰ ਫੜਾ ਮੈਨੂੰ ਚਲੋ ਚਲੋ ਫੜਾ ਫੜੋ ਇਹ ਸਹੀ ਬਣਾਉਣੀ ਆ ਤੇ ਘਰ ਜਾ ਕੇ ਵੀ ਤੂੰ ਹੀ ਬਣਾਉਣੀ ਆ ਕਿਹੜੇ ਘਰ ਜਾ ਕੇ ਨਮਕ ਮਿਰਚ ਪਾ ਕੇ ਬੋਟੀ ਕਿਡੀ ਕਿਡੀ ਰੱਖਣੀ ਆ ਇਹ ਐਡੀ ਐਡੀ ਰੱਖੋ ਐਡੀ 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 ਬੋਟੀ ਓ ਯਾਰ ਐਡੀ ਐਡੀ ਮੁਰਗੀ ਐਡੀ ਤੇ ਮੁਰਗੀ ਨਹੀਂ ਐਡੀ ਐਡੀ ਬੋਟੀ ਤੈਨੂੰ ਵਿੱਚੋਂ ਕਿੱਥੋਂ ਕੱਢਦਾ ਹੁਣ ਤੂੰ ਕਾਹਦਾ ਕਾਰੀਗਰ ਆ ਤੂੰ ਐਡੀ ਐਡੀ ਰੱਖ ਯਾਰ ਤੂੰ ਮੱਛਾ ਜੀ ਬਾ ਕਰਾਇਆ ਯਾਰ ਮੁਰਗੀ ਹੈ ਨਾ ਤੇ ਤੂੰ ਚਲੋ ਐਡੀ ਐਡੀ ਕਰਦੇ ਐਡੀ ਐਡੀ ਓ ਨਹੀਂ ਹੁਣੀ ਐਡੀ ਐਡੀ ਭਾ ਇਹ ਤੇ ਪੀਸ ਹੋਣੇ ਆ ਨਿੱਕੇ ਨਿੱਕੇ ਸ਼ੋਰਵੇ ਵਾਲਾ ਲੈਦਾ ਕਰਦੇ ਹੀ ਜਿਹੜਾ ਸ਼ੋਰੇ 'ਚ ਪਕਾਉਣਾ ਹੈ ਤੇ ਭੁਨਵੇਂ ਵਾਲਾ ਲੈਦਾ ਤੇ ਬਾਰਬੀਕਿਊ ਵਾਲਾ ਲਹਿਦਾ ਕਰਦੀ ਇਹਦੇ ਚ ਤੇ ਵਿੱਚੋਂ ਥੋੜਾ ਜਿਹਾ ਕੀਮਾ ਕਰਦੀ ਇਹਦੇ ਇਹ ਇੱਕ ਮੁਰਗੀ ਚੋਂ ਕੀ ਕਰਾਉਣਾ ਵਾ ਉਹ ਸਾਨੂੰ ਲਿਖ ਕੇ ਦੇ ਦੇ ਵਟਸਐਪ ਕਰ ਦੇ ਯਾਰ ਇੱਕ ਤੇ ਮੁਰਗੀ ਆ ਤੈਨੂੰ ਕੀ ਕਰਦੀ ਆ ਉਹਦੇ ਚੋਂ ਉਹ ਮੁਰਗੀ ਸਾਰਾ ਦਿਨ ਕੀ ਕਰਦੀ ਰਹਿੰਦੀ ਆ ਤੂੰ ਇਹ ਵੀ ਨਹੀਂ ਕਰ ਸਕਦਾ ਤੂੰ ਕਰਦੇ ਨਾ ਤੂੰ ਕਹ ਵੀ ਆ ਸ਼ੋਰਵੇ ਵਾਲਾ ਤੇ ਆ ਭੋਨਵਾ ਪਕਾ ਲਓ ਆ ਬਾਰਬੀਕਿਊ ਕਰਨਾ ਯਾਰ ਕੀ ਕੀਮਾ ਇੱਕ ਮੁਰਗੀ ਚੋਂ ਇੰਨਾ ਕੁਝ ਤੂੰ ਕਰਾਉਣਾ ਵਾ ਕੀ ਆ ਤੈਨੂੰ ਯਾਰ ਤੇਰਾ ਕੀ ਮੇਰੀ ਮੁਰਗੀ ਆ ਤੂੰ ਕਰ ਜੋ ਮੈਂ ਕਹਿ ਰਿਹਾ ਛੋਟੀ ਛੋਟੀ ਕਰਦੇ ਧਿਆਨ ਨਾਲ ਯਾਰ ਧਿਆਨ ਨਾਲ ਮੇਰੀ ਮੁਰਗੀ ਹੈਗੀ ਆ ਉਹ ਯਾਰ ਤੇਰੀ ਮੁਰਗੀ ਹੁਣ ਮਰਿਆਂ ਨੂੰ ਵੀ ਤਕਲੀਫ ਹੋਣ ਡਈ ਉਹਨੂੰ ਹਲਾਲ ਹੋ ਗਈ ਆ ਚਲੋ ਕਰੋ ਕਰੋ ਹਾਏ 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 ਆ ਹੁਣ ਇੱਥੇ ਫਿਰਨ ਦੇ ਜੀ ਖੁੱਡੇ 'ਚ ਦੇਖ ਲਓ ਹੈ ਤੁਸੀਂ ਵੀ ਮੁਰਗੀਆਂ ਦਾ ਕੰਮ ਸਿੱਖਦੇ ਆ ਕੌਣ ਆ ਮੁੰਡਾ
ਇਹ ਸ਼ਾਨੀ ਆ ਸ਼ਗਿਰਦਾ ਮੇਰਾ ਇਹ ਕੁਕੜੀ ਜਿਹੜੀ ਸੜਕ ਤੇ ਦੌੜ ਜਾਂਦੀ ਉਹ ਚੁੱਕ ਕੇ ਲਿਆਉਂਦਾ ਅੱਛਾ ਕਦੀ ਇੰਜ ਹੋਇਆ ਤੂੰ ਮੁਰਗੀ ਨੂੰ ਛੁਰੀ ਫੇਰੀ ਹੋਵੇ ਅੱਗੋਂ ਗਾਲਾਂ ਕੱਢਣ ਲੱਗ ਪਈ ਹੋਵੇ ਨਾ ਤੂੰ ਗਾਲਾਂ ਮੇਰੇ ਕੋਲ ਨਾ ਸੁਣ ਲਈ ਤੇ ਜ਼ੁਬਾਨ ਬੰਦ ਕਰਕੇ ਖਲੋ ਨਹੀਂ ਹੋ ਜਾਂਦਾ ਇਦਾਂ ਕਦੀ ਇਦਾਂ ਹੋਇਆ ਛੁਰੀ ਫੇਰੀ ਤੇ ਮੁਰਗੀ ਦੌੜ ਗਈ ਤੂੰ ਮਗਰ ਮਗਰ ਉਹ ਅੱਗੇ ਅੱਗੇ ਹਰ ਮੁਰਗੀ ਆ ਕੱਟਾ ਵਾ ਵੀ ਉਹਨੇ ਇਦਾਂ ਦੌੜ ਜਾਣੀ ਇੰਨੀ ਕਿਤੇ ਮੁਰਗੀ ਹੁੰਦੀ ਆ ਨਹੀਂ ਹੋਈ ਜਾਂਦਾ ਕਈ ਹੁੰਦਾ ਕੋਈ ਕੁੱਕੜ ਤੇਰੇ ਹੱਥੇ ਹੱਥੀ ਪੈ ਗਿਆ ਹੋਵੇ ਕੋਈ ਐਸਾ ਹੋਇਆ ਕੁੱਕੜ ਤੇਰੇ ਹੱਥੀ ਪੈ ਗਿਆ ਨਹੀਂ ਗੱਲਾਂ ਕਰ ਰਿਹਾ ਅੱਛਾ ਇਹਦੇ ਖੰਭ ਖੁੰਭ ਵੀ ਮੈਨੂੰ ਦੇਣੇ ਆ ਜਿਹੜੇ ਤੁਸੀਂ ਲਾਏ ਉੱਤੋਂ ਵਜ਼ਨ ਨਹੀਂ ਤੋਲਿਆ ਤੂੰ ਇੱਥੇ ਇਹਦਾ ਖੂਨ ਵੀ ਚਾਹੀਦਾ ਮੈਨੂੰ ਉਹ ਯਾਰ ਤੂੰ ਮੁਰਗੀ ਬਲੱਡ ਬੈਂਕ ਤੋਂ ਕਰਾਈ ਆ ਇਹਦਾ ਖੂਨ ਚਾਹੀਦਾ ਵਾ ਇਹਦਾ ਖੂਨ ਕਿਦਾ ਤੁਸੀਂ ਕੀ ਕਰਨਾ ਉਹਦੀ ਚੁੰਝ ਵੀ ਚਾਹੀਦੀ ਅਗਲੀ ਚੰਦੀ ਵਢਾਉਣੀ ਆ ਤੂੰ ਯਾਰ ਮੇਰੀ ਮੁਰਗੀ ਮੈਂ ਪੂਰੇ ਪੈਸੇ ਨਹੀਂ ਤੇ ਸਾਰਾ ਕਿੱਥੇ ਤੈਨੂੰ ਯਾਰ ਸਾਰਾ ਕੁਝ ਦਵਾਂ ਤੂੰ ਡਾਕਟਰ ਨੂੰ ਪੋਸਟਮਾਰਟਮ ਕਰਾਉਣਾ ਵਾ ਮੁਰਗੀ ਦਾ ਉਹਦੇ ਖੰਭ ਵੀ ਦੇ ਤੇਰੀ ਮੁਰਗੀ ਕਤਲ ਹੋਈ ਆ ਤੂੰ ਸਾਰੇ ਸਬੂਤ ਇਕੱਠੇ ਕਰਨ ਦੇ ਆ ਆ ਵਿਚਲਾ ਮਗਦ ਵੀ ਚਾਹੀਦਾ ਉਹਦਾ ਜਿਹੜਾ ਮਗਦ ਹੁੰਦਾ ਇਹਦਾ ਮਗਦ ਆਪ ਨਹੀਂ ਕੰਮ ਕਰਨ ਦੇ ਤੇ ਸਾਡਾ ਵੀ ਮੈਂ ਖਾ ਸਮਝਦਾ ਨਾ ਚੰਗਾ ਗਾਹਕ ਆ ਗਿਆ ਪੰਜੇ ਇਹਨਾਂ ਦੇ ਦਸਤਾਨੇ ਵੀ ਦੇ ਆ ਲੈ ਜਾ ਤੇ ਆਪਣੇ ਤੇ ਲਾਂਤ ਪਾ ਕੇ ਸੌ ਜੀ ਜਾਂ ਲੈ ਜਾ ਯਾਰ ਨਹੀਂ ਤੇ ਉਹ ਚੀਜ਼ਾਂ ਨਹੀਂ ਦਿੰਦੇ ਨਾਲ ਉਹ ਕਿਹਨੂੰ ਦਿੰਦੇ ਹੋ ਯਾਰ ਚੀਜ਼ਾਂ ਕੀ ਮਸਲਾ ਨੇ ਇਹਦੇ ਨਾਲ ਤੈਨੂੰ ਕੀ ਦੇ ਕੇ ਪੈਸੇ ਰੱਖਿਆ ਮੇਰੇ ਸਾਹਮਣੇ ਤੂੰ ਤੋਂ ਛਿੱਲੀ ਆ ਜਿਹੜੇ ਖੰਭ ਲਾਏ ਆ ਉਹਨਾਂ ਦੀ ਮੈਂ ਟੋਪੀ ਬਣਾਉਣੀ ਆ ਚਤਰਾਲ ਦੇ ਨਾ ਜਿਹੜੀ ਇੰਨੀ ਠੰਡ ਤੋਂ ਉਹ ਆ ਬੇਡਾ ਚਤਰਾਲ ਨਾ ਬਣ ਮੇਰੀ ਗੱਲ ਸੁਣ ਮੈਨੂੰ ਉਹ ਚੀਜ਼ਾਂ ਦੇ ਨਾਲ ਯਾਰ ਭਾਈ ਕੋਈ ਨਹੀਂ ਇਸ ਤਰ੍ਹਾਂ ਨਾ ਫੰਗ ਨਾ ਖੂਨ ਨਾ ਉਹਦਾ ਅੰਦਰ ਦਾ ਕੋਈ ਸਿਸਟਮ ਵੀ ਨਹੀਂ ਸਵਾ ਪੋਟਾ ਕਲੇਜੀ ਤੋਂ ਕੋਈ ਚੀਜ਼ ਨਹੀਂ ਨਾਲ ਪੋਟਾ ਕਲੇਜੀ ਕਿੱਥੇ ਆ ਆ ਪੋਟਾ ਕਲੇਜੀ ਮੈਂ ਪਾਤੀ ਆ ਤੈਨੂੰ ਹੁਣ ਮੈਂ ਏਡਾ ਏਡਾ ਕਿਸੇ ਪੋਟਾ ਉਹਦਾ ਨਹੀਂ ਯਾਰ ਉਹ ਜ਼ਿਆਦਾ ਸੀ ਯਾਰ ਹਾਥੀ ਕਰਾਇਆ ਤੂੰ ਮੇਰੇ ਕੋਲ ਏਡਾ ਪੋਟਾ ਉਹਦਾ ਕਿੱਡਾ ਸਾਰਾ ਸੀ ਤੂੰ ਉਹ ਛੋਟਾ ਪਾਇਆ ਵਿੱਚ ਕਿਹੜਾ ਪੋਟਾ ਭਾਈ ਏਡਾ ਹੀ ਹੁੰਦਾ ਵਾ ਦੇਸੀ ਦਾ ਕਿੰਨੇ ਪੈਸੇ ਹੁਣ ਹੈ ਕਿੰਨੇ ਪੈਸੇ 750 ਰੁਪਏ 750 ਰੁਪਏ ਕਿੰਨੇ 750 ਜੋੜਾਂਗੇ 750 ਕਿੰਨਾ ਹੁੰਦਾ ਜਦੋਂ ਦੇਗਾ 700 ਤੇ 50 ਆਹੋ 750 ਹਾਲੋ ਕੱਟੋ ਇਹਦੇ ਚ ਕੀ ਆ ਇਹਦੇ ਚ ਕੱਟੋ ਕੀ ਆ ਇਹ ਕੀ ਕੱਟ ਲਈਏ ਇਹਦੇ ਚ ਇਹ ਚੋ ਪੈਸੇ ਹੀ ਕੱਟੀ ਦੇ ਭਾਜੀ ਹੋਰ ਕੈਂਚੀ ਨਾਲ ਇਹਨੂੰ ਕੱਟਣਾ ਤੂੰ ਕੀ ਆ ਇਹ ਕਾਰਡ ਆ ਕਾਹਦਾ ਕਾਰਡ ਆ ਕ੍ਰੈਡਿਟ ਕਾਰਡ ਆ ਏਟੀਐਮ ਕਾਰਡ ਆ ਉਹ ਭਾਈ ਸਾਨੂੰ ਨਹੀਂ ਕ੍ਰੈਡਿਟ ਕ੍ਰੂਡਿਟ ਕਾਰਡ ਦਾ ਪਤਾ ਇਹਦੇ ਪੈਸੇ ਦੇ ਇਹਦੇ 750 ਰੁਪਇਆ ਯਾਰ ਤੂੰ ਕਿਹੜੀ ਦੁਨੀਆ ਚ ਰਹਿਣਾ ਇਹਦੇ ਚ ਪੈਸੇ ਹੀ ਆ ਪੈਸੇ ਆ ਸਾਡੇ ਕੋਲ ਉਹ ਮਸ਼ੀਨ ਹੀ ਹੈ ਨਹੀਂ ਕਿ ਕ੍ਰੈਡਿਟ ਕਾਰਡ ਵਾਲੀ ਅਸੀਂ ਕਿੱਥੇ ਤੇਰੇ ਕੋਲ ਲੈ ਲਈਏ ਮਸ਼ੀਨ ਨਹੀਂ ਹੈਗੀ ਨਹੀਂ ਤੇ ਮੈਨੂੰ ਪਹਿਲੇ 10 ਵਜੇ ਤੇ ਲਿਖ ਕੇ ਦਾ ਵੀ ਕਾਰਡ ਯਹਾਂ ਨਹੀਂ ਚੱਲੇਗਾ ਇਹ ਕਾਰਡ ਨਹੀਂ ਚੱਲੇਗਾ ਤੈਨੂੰ ਲਿਆਉਣ ਲੱਗਿਆ ਨਹੀਂ ਪਤਾ ਲੱਗਾ ਵੀ ਕਿ ਠੀਕ ਆ ਵੀ ਰੱਖ ਲਾ ਆਪਣੀ ਮੁਰਗੀ ਮੁਰਗੀ ਵਾਲੀ ਤੇ ਕਹੋ ਭਾਈ ਪੈਸੇ ਦੇ ਕੇ ਜਾ ਤੇ ਆ ਮੁਰਗੀ ਤੇਰੇ ਕੋਈ ਭਾਈ ਮੈਂ ਲੈ ਕੇ ਤੇ ਨਹੀਂ ਚੱਲਾ ਲੈ ਕੇ ਨਹੀਂ ਚੱਲਾ ਇਹ ਤੂੰ ਕਰਵਾਈ ਆ ਤੇ ਹੁਣ ਅਸੀਂ ਦੁਕਾਨ ਵੈਸੇ ਬੰਦ ਕਰਾਂਗੇ ਮੈਂ ਪੈਸੇ ਦੇ ਰਿਹਾ ਤੇ ਪੈਸੇ ਦੇ ਤੂੰ ਨਗਦ ਪੈਸੇ ਦੇ ਕ੍ਰੈਡਿਟ ਕਾਰਡ ਸਾਡੇ ਨਹੀਂ ਚੱਲਦਾ ਨਗਦ ਹੀ ਮੈਂ ਉਧਾਰ ਕਰ ਰਿਹਾ ਤੇਰੇ ਨਾਲ ਇਹਨੂੰ ਰੱਖ ਕੋਲ ਹੀ ਤੇ ਪੈਸੇ ਦੇ 750 ਰੁਪਇਆ ਅਗਰ ਇਹਨੂੰ ਤੇਰੇ ਮੂੰਹ 'ਚ ਪਾਈਏ ਕੰਨ ਦੇ ਵਿੱਚ ਜੇ ਭਾਈ ਤੂੰ ਮੁਰਗੀ ਰੱਖ ਲੈ ਉਹ ਯਾਰ ਹੁਣ ਹਲਾਲ ਮੁਰਗੀ ਆ ਮੈਂ ਇਹਨੂੰ ਕਿੱਥੇ ਰੱਖ ਲਵਾਂ ਹਲਾਲ ਮੁਰਗੀ ਮੈਂ ਤੇਰੇ ਕੋਲ ਚਰਸਰ ਖਾ ਕੇ ਜਾ ਰਿਹਾ ਮੁਰਗੀ ਆ ਤੂੰ ਇਹਨੂੰ ਜੋੜ ਲੈ ਜਿੱਦਾਂ ਜਿੱਦਾਂ ਹਲਾਲ ਕੀਤੀ ਜੋੜ ਲੈ ਦੁਬਾਰਾ ਉੱਪਰ ਤੇ ਗੁੱਡੇ ਛੱਡ ਦੇ ਆਵੇ ਆ ਲੱਤਾਂ ਬਾਹਾਂ ਹਰ ਚੀਜ਼ ਤੇਰੇ ਕੋਲ ਪਈ ਆ ਤੂੰ ਦੁਬਾਰਾ ਜੋੜ ਲੈ ਯਾਰ ਦੁਬਾਰਾ ਜੋੜ ਲੈ ਸਮਾਧ ਬਾਉਂਡ ਨਾਲ ਜੁੜਦੀ ਆ ਜੈਲਫੀ ਲਾ ਲੈ ਇਹਨੂੰ ਯਾ ਮੈਂ ਕਾਰਡ ਦੇ ਤੈਨੂੰ ਦਿੱਤੇ ਨਹੀਂ ਪੈਸੇ ਭਾਈ ਕਾਰਡ ਸਾਡੇ ਨਹੀਂ ਚੱਲਦਾ ਕ੍ਰੈਡਿਟ ਕਾਰਡ ਮੇਰਾ ਭਰਾ ਪੈਸੇ ਦੇ ਤੇ ਐਵੇਂ ਸਿਰ ਨਾ ਖਾ ਸਾਡਾ ਤੂੰ ਗੋਸ਼ਤ ਚੁੱਕ ਮੇਰੇ ਨਾਲ ਚੱਲ ਏਟੀਐਮ ਤੇ ਮੈਂ ਉੱਥੋਂ ਤੈਨੂੰ ਪੈਸੇ ਦੇਣਾ ਮੈਂ ਤੇਰੇ ਨਾਲ ਸਾਰਾ ਲਾਹੌਰ ਫਿਰਾਂ ਏਟੀਐਮ ਕਾਰਡ ਦੇ ਹੈ ਉਹ ਨਹੀਂ ਆ ਇੱਥੇ ਨਾਲ ਹੀ ਹੈਗਾ ਏਟੀਐਮ ਤੇਰੇ ਏਟੀਐਮ ਚ ਕੁਛ ਨਾ ਹੋਵੇ ਤੇ ਫੇਰ ਐਵੇਂ ਕੁਛ ਨਾ ਹੋਵੇ ਲੈ ਤੇਰੀ ਮੁਰਗੀ ਚ ਕੀ ਸੀ ਉਹ ਯਾਰ ਆ ਵੀਰੇ ਪੈਸੇ ਆ ਇਹਦੇ ਚ ਯਕੀਨ ਕਰ ਯਾਰ ਹੋਣਗੇ ਪੈਸੇ ਜਾ ਕੇ ਲੈ ਆ ਪਰ ਜਾ ਕੇ ਵੀ ਨਹੀਂ ਜਾਣਾ ਇੱਥੇ ਖਲੋ ਤੇ ਇੱਥੇ ਪੈਸੇ ਮੰਗਾ ਫੋਨ ਕਰ ਪਿੱਛੇ ਚੱਲ ਮੈਂ ਖਲੋਨਾ ਵਾ ਉਹ ਸਾਹਮਣੇ ਏਟੀਐਮ ਆ ਤੂੰ ਕਢਾ ਲਿਆ ਮੈਂ ਇੱਥੇ ਖਲੋਤਾ ਮੈਨੂੰ ਕੀ ਪਤਾ ਹੈ ਕਿੱਦਾਂ ਕੱਢਦੇ ਆ ਪੈਸੇ ਜਿੱਦਾਂ ਪਿਓ ਦੇ ਚੋਰੀ ਕੱਢਦਾ ਉਦਾਂ ਹੀ ਕੱਢਦੇ ਇਹਨੂੰ ਮਸ਼ੀਨ 'ਚ ਪਾਉਣਾ ਵਾ ਤੂੰ ਤਾਂ ਨੰਬਰ ਬੁਲਾਉਣਾ ਦੇ ਬਾਅਦ ਪੈਸੇ ਕੱਢ ਲੈਣੇ ਤੂੰ ਉਹ ਭਾਈ ਸਾਡਾ ਮਾਲ ਮੁੱਕ ਗਿਆ ਵਾ ਅਸੀਂ ਦੁਕਾਨ ਬੰਦ ਕਰਨੀ ਆ ਤੇ ਘਰ ਜਾਣਾ ਵਾ ਹੁਣ ਤੇਰੇ ਨਾਲ ਅਸੀਂ ਕਿੱਥੇ ਤੁਰੇ ਫਿਰੀਏ ਚਾ ਮੈਂ ਘਰ ਫੜਾ ਦੇਵਾਂਗਾ ਚਾ ਤੇਰੇ ਘਰ ਫੜਾ ਦੇਵਾਂਗਾ ਤੇਰੇ ਘਰ ਫੜਾ ਦੇਵਾਂਗਾ ਤੈਨੂੰ ਕੀ ਪਤਾ ਅਸੀਂ ਕਿੱਥੇ ਰਹਿੰਦੇ ਹਾਂ ਏਡਾ ਤੂੰ ਘਰ ਦਾ ਵਾਕਫ ਲਿਆ ਪੈਸੇ ਦੇ 750 ਰੁਪਏ ਉਹ ਚੀਜ਼ ਰੱਖ ਲਾ ਮੇਰੀ ਫਿਰ ਮੈਂ ਤੇਰੇ ਨਾਲ ਰੱਖ ਦਵਾਂ ਪੈਸੇ ਕੱਢ 700 ਰੁਪਏ
चलो अद्धा दे दे अद्धा रख ला तू फिर अद्धा यार अद्धा क्यों रखना हम दुकान असि बंद कर रहे असि कित्थे बेचना अद्धा यार जिथे सारा दिन तेरा वेख गया भी तो वेख ही जाना नहीं तो दुकान बंद कर लगे ऑफ हो गया देख ला सारा कुछ माल असि बंद करता तू जाना कि मैनू पता दुकान च सौना तू इतने तू शटर सुटना इतने सौ जाना इतने नहीं सौंदा वो घर सौना मैं अपने ड्राइवर घर तेन कौन सौन देता इतने सौना तू दुकान च रोज मैं मुंडे कहते अंदर सुता पा यार एडा तू चल तू शटर सुटे मैं थलों के पैसे सुट जाएगा तू वार्डा बिल सुट के जाना तू इतने दे मैं साढ़े अपना फोन नंबर दे मैं तेन जायज कैश करा देना यार कि चक्कर पै गया पा जायज अस दुकान बंद करनी है पैसे कट साढ़े 700 यार मैं तेन दे रहा कार्ड के पैसे ही होंगे तू कढ़ा लिया तू कढ़ा लिया यार केड़ा केड़ी दुकान आ चिकन दी जे ते क्रेडिट कार्ड चलदा मैनूं दस हुण नहीं फिर गल बनदी नहीं कोई नहीं बनदी पैसे दे तू उत्थों ना मेरा भरा घिओ ते मिर्च मसाला लिया भुन के दोवें भरा इत्थे खांदे लै बहुत देखो जी वखरा ही दावत बनाई जांदा मैं तू इहनूं भुन मैं रोटियां फड़ लिया उहनां भाई आ सामने टाउन दे विच मेरा घर आ तुसीं तां तैनूं घरों दे देंदा पैसे यार इतने तो हर गाहक आके कहेगा साढ़ा सामने घर आ मेरे घर आके पैसे ले लो मैं डाकिया बनया रहा वा रोज का डाकिया कार्ड मैनू की पता तेरे को मशीन नहीं हैगी हुण घर पैसे पए तू चोरी करवानी है तेरे जोगे तो पए ही आ 750 रुपया वा मैं दौड़ चला कि नहीं दौड़ चलन की नहीं गल हैगी भाई मैनू पैसे दे ओ शानी आ दुकान ते खलो यार कैसा गाहक आ गया इनू तो मैं निबड़ के आवा कि ये गल ही लाउण लगे हो चल बो बेटे नाल चलदा मैं तेरे 750 रुपया लिया अर पुत फड़ जरा मैं दुकान का ख्याल रखी मैं आके बंद करना चल मेरा नहीं टाइम लग जाना उ टाइम नहीं लग जाना क्योंकि साढ़े महल वाले बहुत अथरे इन बहुत चपेड़ा पैनिया चलो आओ भाजी मेरे नाल चल यार चल अगे हो चल 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 आजो पेंट पाई है बड़ा जिवें मालदार हुन्ना वा चल मेरा भरा अगे लग इतने टंग देना मैं गोश्त इतों मैं आके लै लाँगा यार इतों तू टंग जाना तू मैं पैसे लेने इतों को होर ला के लै जा फिर है फड़ तू तू फड़ क्यों सेहत हो तेरी शायद ये एक फर्क पै जाए तेन इतने टंग जाना मैं आके लै ला टंग नहीं जाता पैसे दे चल मेरा भरा अगर आप हमारी मजीद वीडियोस देखना चाहते हैं तो हमारा चैनल सब्सक्राइब करें और बेल आइकॉन दबा दें ऐसे करके।